welcome back to News TV84 break par hone si gal baat kar rahe hain sardar manveer singh ji na a media personality from canada jehde ki is vele sanu phone line te jud chuke ne ji veer ji vaiguru ji ka khalsa vaiguru ji ki fateh ji bhen ji tuhanu TV84 sunde sare hi darshakan nu vaiguru ji ka khalsa vaiguru ji ki fateh veer ji assi pura hafta assi eh khalistan declaration day nu samarpit kita assi is pandi vak vak shaksiyatan naal gal baat kiti assi tuhade vi vichar janna chahwanga ki tusi sare darshakan nu is khalistan declaration sambandhi ki kehna chahoge sab to pehla ji bhen ji sab to pehla ta main is cheez di mubarakbad dena chahna is mubarak din de utte aur ਕਿਉਂਕਿ ਇੱਕ ਸਾਲ ਅਸੀਂ ਜਿਹੜਾ ਕੌਮ ਦੀ ਕਿਸਮਤ ਚ ਗੁਲਾਮੀ ਦਾ ਉਹ ਹੋਰ ਕੱਟ ਲਿਆ ਔਰ ਇੱਕ ਸਾਲ ਅਸੀਂ ਆਪਣੀ ਆਜ਼ਾਦੀ ਦੇ ਨਜ਼ਦੀਕ ਆ ਗਏ ਹਾਂ। ਹਾਂਜੀ, ਸੋ ਇਹ ਮੁਬਾਰਕ ਦਿਨ ਹੈ ਜਿਹੜਾ ਹਰ ਇੱਕ ਗੁਰੂ ਨਾਨਕ ਨਾਮ ਲੇਵਾ ਜਿਹੜਾ ਵੀ ਹਿਊਮੈਨਿਟੀ ਨੂੰ ਪਿਆਰ ਕਰਨ ਵਾਲਾ ਔਰ ਕੌਮੀ ਘਰ ਦੀ ਆਜ਼ਾਦੀ ਪ੍ਰਤੀ ਸੁਹਿਰਦ ਹੈ ਉਹਦੇ ਲਈ ਇੱਕ ਬਹੁਤ ਹੀ ਖਾਸ ਦਿਨ ਵਜੋਂ ਆਉਂਦਾ ਹੈ ਜੀ। ਹਾਂਜੀ, ਜਿੱਥੇ ਅਸੀਂ ਇਸ ਦਿਨ ਦੇ ਉੱਤੇ ਸੰਕਲਪ ਲੈਂਦੇ ਹਾਂ ਕਿ ਅਸੀਂ ਆਪਣੇ ਕੌਮੀ ਆਜ਼ਾਦੀ ਦੇ ਰਾਹ ਦੇ ਉੱਤੇ ਇਸੇ ਤਰ੍ਹਾਂ ਦ੍ਰਿੜਤਾ ਦੇ ਨਾਲ ਚੱਲਦੇ ਰਹੀਏ। ਹਾਂਜੀ, ਪਰ ਉੱਥੇ ਆਸ ਵੀ ਕਰਦੇ ਹਾਂ ਕਿ ਬਹੁਤ ਜਲਦ ਅਸੀਂ ਇਸ ਦਿਨ ਨੂੰ ਆਪਣੇ ਨੈਸ਼ਨਲ ਦਿਨ ਆਪਣੇ ਖਾਲਸੇ ਦੇ ਰਾਜ ਦੇ ਵਿੱਚ ਖਾਲਿਸਤਾਨ ਡੇ ਨੂੰ ਆਪਣੇ ਨੈਸ਼ਨਲ ਡੇ ਵਜੋਂ ਮਨਾਇਆ ਜਾਏ। ਜੀ ਜੀ ਬਿਲਕੁਲ, ਤੇ ਵੀ ਜਿਸ ਡੈਕੋਰੇਸ਼ਨ ਆਫ ਡੇ ਸੀਗਾ 29 ਅਪ੍ਰੈਲ ਨੂੰ ਸੀਗਾ, ਹੁਣ 2015 ਚੱਲਣਾ ਪਿਆ, 29 ਸਾਲ ਪਹਿਲਾਂ ਇਹ ਐਲਾਨਨਾਮਾ ਕੀਤਾ ਗਿਆ ਸੀਗਾ। ਆਈ ਵੁੱਡ ਲਾਈਕ ਟੂ ਆਸਕ ਯੂ ਕਿ ਇਹਨਾਂ 29 ਸਾਲਾਂ ਦੇ ਵਿੱਚ ਜਿਹੜੀ ਸਿੱਖ ਕੌਮ ਹੈ ਉਹ ਆਪਣੇ ਖਾਲਿਸਤਾਨ ਦੀ ਪ੍ਰਾਪਤੀ ਲਈ ਕਿੱਥੋਂ ਚੱਲੀ ਸੀ, ਕਿੱਥੇ ਪਹੁੰਚੀ ਹੈ, ਵਟ ਯੂ ਥਿੰਕ, ਵਟ ਡਿਡ ਵੀ ਗੇਨ ਸੋ ਫਾਰ ਐਂਡ ਵਟ ਹੈਵ ਯੂ ਲੋਸਟ। ਜੀ ਦੇਖੋ, 29 ਅਪ੍ਰੈਲ ਦਾ ਇਹ ਦਿਹਾੜਾ ਜਿਸ ਦਿਨ ਬਾਬਾ ਮਾਨਵ ਚਾਹਲ ਨੇ ਆਪਣੀ ਜਿਹੜੀ ਸਰਬੱਤ ਖਾਲਸਾ ਚੋਂ ਨਿਕਲੀ 5 ਮੈਂਬਰੀ ਪੰਥਕ ਕਮੇਟੀ ਹੈ ਉਸਦੇ ਨਾਲ ਇਸ ਦਿਨ ਨੂੰ ਆਪਣੇ ਕੌਮੀ ਘਰ ਦੀ ਆਜ਼ਾਦੀ ਦਾ ਦਿਨ ਡਿਕਲੇਅਰ ਕੀਤਾ ਔਰ ਖਾਲਿਸਤਾਨ ਦੀ ਡੈਕਲੇਰੇਸ਼ਨ ਜਿਹੜੀ ਹੈ ਉਸਦੇ ਉੱਤੇ ਮੋਹਰ ਲਾਈ ਹੈ ਔਰ ਇੱਕ ਐਸਾ ਸਾਨੂੰ ਡਾਕੂਮੈਂਟ ਦਿੱਤਾ ਜਿਹਦੇ ਵਿੱਚ ਅਸੀਂ ਆਪਣੇ ਆਉਣ ਵਾਲੇ ਜੇ ਅਸੀਂ ਇਸਦੇ ਡੈਕਲੇਰੇਸ਼ਨ ਆਫ ਖਾਲਿਸਤਾਨ ਦੇ ਜੇ ਅਸੀਂ ਉਸ ਡਾਕੂਮੈਂਟ ਨੂੰ ਪੜ੍ਹੀਏ ਨਾ ਸਿਰਫ ਇਹ ਸਾਡੀ ਆਜ਼ਾਦੀ ਦਾ ਪ੍ਰਤੀਕ ਹੈ ਬਲਕਿ ਇਸ ਦੇ ਵਿੱਚੋਂ ਸਾਡੇ ਖਾਲਿਸਤਾਨ ਦੀ ਕੀ ਜਿਹੜੀ ਹੈ ਉਹ ਰੂਪ ਰੇਖਾ ਹੋਏਗੀ, ਕੀ ਕਾਨੂੰਨ ਹੋਣਗੇ ਔਰ ਹਿਊਮਨ ਰਾਈਟਸ ਦੀ ਕਿਸ ਪੱਧਰ ਦੀ ਗੱਲ ਹੈ ਉਹਨਾਂ ਦੇ ਇੱਕ ਇੱਕ ਸ਼ਬਦ ਦੇ ਵਿੱਚੋਂ ਸਾਨੂੰ ਜੇ ਅਸੀਂ ਗੌਰ ਦੇ ਨਾਲ ਵਾਚੀਏ ਤਾਂ ਮਿਲਦੀ ਹੈ ਜੀ। ਔਰ 29 ਸਾਲਾਂ ਦੇ ਵਿੱਚ ਮੈਂ ਕਹਿੰਦਾ ਵੀ ਅਸੀਂ ਇਹ ਨਾ ਦੇਖੀਏ ਕਿ ਅਸੀਂ ਕਿੰਨਾ ਹੋਰ ਖਾਲਿਸਤਾਨ ਦੀ ਜਿਹੜੀ ਲੜਾਈ ਹੈ ਸਾਨੂੰ ਕਿੰਨੀ ਹੋਰ ਲੜਨੀ ਪੈਣੀ ਆ ਜਾਂ ਕਿੰਨੇ ਸਾਲ ਹੋਰ ਲੱਗਣਗੇ। ਅਸੀਂ ਇਹ ਦੇਖੀਏ ਕਿ ਅਸੀਂ ਆਪਣੀ ਆਜ਼ਾਦੀ ਦੇ 29 ਸਾਲ ਕਰੀਬ ਆ ਗਏ ਆ। ਬਿਲਕੁਲ, ਕਿਉਂਕਿ ਜਿਹੜਾ ਸਮਾਂ ਬੀਤ ਗਿਆ ਇਹਨੂੰ ਅਸੀਂ ਆਪਣੀ ਜਿਹੜੀ ਹੈ ਉਹ ਵਿਕਟਰੀ ਸਮਝੀਏ, ਆਪਣੀ ਬੈਟਲ ਫੀਲਡ ਦੇ ਵਿੱਚ ਆਪਣੀ ਜਿੱਤ ਸਮਝੀਏ, ਕਿਉਂਕਿ 29 ਸਾਲ ਉਸ ਗੌਰਮੈਂਟ ਦੇ ਥੱਲੇ ਸਰਵਾਈਵ ਕਰਨਾ ਜਿਹਨੇ ਇੱਕ ਵਾਰ ਸਾਡਾ ਖੁਰਾ ਖੋਜ ਮਿਟਾ ਦੇਣ ਦੀ ਜਿਹੜੀ ਹੈ ਉਹ ਸਾਜਿਸ਼ ਘੜੀ ਸੀ, ਚਾਹੇ ਉਹ June 84 ਦਾ ਹਰਿਮੰਦਰ ਸਾਹਿਬ ਦੇ ਉੱਤੇ ਦਰਬਾਰ ਸਾਹਿਬ ਦੇ ਉੱਤੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਫੌਜ ਦਾ ਅਟੈਕ ਹੋਵੇ ਜਾਂ ਫਿਰ November 1984 ਦਾ ਉਹ ਕਤਲੇਆਮ ਹੋਵੇ ਜਿਹੜਾ ਵੈਸ਼ੀ ਭੀੜਾਂ ਨੇ ਸਾਡੇ ਉੱਤੇ ਵਰਤਾਇਆ ਪੂਰੇ ਭਾਰਤ ਭਰ ਦੇ ਵਿੱਚ। ਹਾਂਜੀ, ਔਰ ਇਸ ਸਭ ਦੇ ਚੱਲਦਿਆਂ ਕਿਸ ਤਰ੍ਹਾਂ ਸਾਡੇ ਜੁਝਾਰੂਆਂ ਨੇ ਆਪਣੀ ਜਾਨ ਤਲੀ ਤੇ ਘਰ ਧਰ ਕੇ 1.5 ਲੱਖ ਸ਼ਹੀਦੀਆਂ ਪਾ ਕੇ ਇਸ ਖਾਲਿਸਤਾਨ ਦੀ ਆਜ਼ਾਦੀ ਦੇ ਸੰਕਲਪ ਨੂੰ ਕਾਇਮ ਰੱਖਿਆ ਔਰ ਸਾਨੂੰ ਅੱਜ ਇਸ ਮੁਕਾਮ ਤੇ ਖੜਾ ਕਰ ਦਿੱਤਾ ਕਿ ਅੱਜ ਅਸੀਂ ਨਾ ਕਿ ਸਿਰਫ ਬਾਹਰਲੇ ਮੁਲਕਾਂ ਦੇ ਵਿੱਚ ਬਲਕਿ ਭਾਰਤ ਭਰ ਦੇ ਵਿੱਚ ਵੀ ਖਾਲਿਸਤਾਨ ਜਿੰਦਾਬਾਦ ਜਿਹੜਾ ਉਹ ਇਸ ਅਖੋਤੀ ਕਾਨੂੰਨ ਦੇ ਥੱਲੇ ਜਿਹਦੇ ਥੱਲੇ ਅਸੀਂ ਸਰਵਾਈਵ ਕਰ ਰਹੇ ਹਾਂ ਅਸੀਂ ਕਹਿ ਸਕਦੇ ਹਾਂ। ਬਿਲਕੁਲ ਜੀ, ਕਿਉਂਕਿ ਇਹ ਜਿਹੜੀ ਅਚੀਵਮੈਂਟ ਹੈ ਇਹ ਬਹੁਤ ਵੱਡੀ ਹੈ, ਕਿਉਂਕਿ ਸਾਡੀ ਜਿਹੜੀ ਲੜਾਈ ਹੈ ਪਹਿਲਾਂ ਜੰਗਲਾਂ ਤੱਕ ਹੁੰਦੀ ਸੀ ਕਿਉਂਕਿ ਖਾਲਿਸਤਾਨ ਦਾ ਨਾਂ ਲੈਣਾ ਵੀ ਉੱਥੇ ਗੁਨਾਹ ਹੁੰਦਾ ਸੀ ਔਰ ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਹਿੱਸੇ ਆਉਂਦਾ ਕਿ ਉਹਨਾਂ ਨੇ ਇਸ ਲੜਾਈ ਨੂੰ ਬੈਨਰ ਦੇ ਉੱਤੇ ਲਾ ਕੇ ਤੇ ਸੜਕਾਂ ਦੇ ਉੱਤੇ ਲੈ ਜਾਂਦਾ ਜੀ ਜੀ ਔਰ ਇਹ ਸਾਡੀ ਬਹੁਤ ਵੱਡੀ ਪ੍ਰਾਪਤੀ ਹੈ ਔਰ ਸਿਰਫ ਇੱਥੇ ਹੀ ਬਸ ਨਹੀਂ ਇਹਨਾਂ 29 ਸਾਲਾਂ ਦੇ ਵਿੱਚ ਜਿੱਥੇ ਸਾਡੀ ਗੱਲ ਸਾਰੀ ਦੁਨੀਆਂ ਭਰ ਦੇ ਵਿੱਚ ਪਹੁੰਚੀ ਹੈ ਹਾਂਜੀ ਚਾਹੇ ਉਹ ਸਿੱਖਸ ਫਾਰ ਜਸਟਿਸ ਵੱਲੋਂ ਪਾਏ ਗਏ ਪਟੀਸ਼ਨ ਹੋਣ ਜਾਂ ਫਿਰ ਵੱਖ ਵੱਖ ਸ਼ਹਿਰਾਂ ਦੀਆਂ ਜਾਂ ਵੱਖ ਵੱਖ ਸਟੇਟਸ ਦੀਆਂ ਪਾਰਲੀਮੈਂਟ ਦੇ ਵਿੱਚ ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ ਜਿਹੜੇ ਮਤੇ ਵਗਾਏ ਜਾਂਦੇ ਨੇ ਉਹ ਹੁਣ ਰੀਸੈਂਟਲੀ ਅਸੀਂ ਦੇਖਿਆ ਕਿ ਕੈਲੀਫੋਰਨੀਆ ਦੀ ਜਿਹੜੀ ਅਸੈਂਬਲੀ ਆ ਉਸਨੇ ਵੀ ਇਸ ਨੂੰ ਜਿਹੜੀ June 1984 ਦੇ November 1984 ਦੇ ਜਿਹੜੇ ਘੱਲੂਘਾਰੇ ਨੇ ਇਹਨਾਂ ਨੂੰ ਜਿਹੜਾ
ਜੈਨੋਸਾਈਡ ਡਿਕਲੇਅਰ ਕਰ ਦਿੱਤਾ। ਸੋ ਅਸੀਂ ਇਹ ਦੇਖੀਏ ਕਿ ਅਸੀਂ ਇਹਨਾਂ 29 ਸਾਲਾਂ ਦੇ ਵਿੱਚ ਆਪਣੀ ਜਿਹੜੀ ਆ ਦਾਸਤਾਨ ਦੁਨੀਆ ਭਰ ਦੇ ਸਾਹਮਣੇ ਲਿਆਉਣ ਦੇ ਵਿੱਚ ਅਫੀਸ਼ਲੀ ਤੌਰ ਤੇ, ਕਿਉਂਕਿ ਦੁਨੀਆ ਦੀ ਕੋਈ ਵੀ ਸਰਕਾਰ ਇਸ ਗੱਲ ਤੋਂ ਅਣਜਾਣ ਨਹੀਂ ਹੈ ਕਿ ਸਾਡੇ ਨਾਲ ਕੀ ਹੋਇਆ, ਬਟ ਇੱਕ ਡੈਕੋਮੈਂਡੇਸ਼ਨ ਜਿਹੜੀ ਹੁੰਦੀ ਹੈ, ਜਿਹੜੀ ਅਫੀਸ਼ੀਅਲ ਅਪਰੂਵਲ ਹੁੰਦੀ ਹੈ ਉਹਦੀ ਗੱਲ ਹੋਰ ਹੁੰਦੀ ਹੈ। ਸੋ ਅਸੀਂ ਅਫੀਸ਼ੀਅਲ ਅਪਰੂਵਲ ਦੇ ਵਿੱਚ ਆਪਣਾ ਕੇਸ ਜਿਹੜਾ ਬਿਲਡ ਕਰਨ ਦੇ ਵਿੱਚ ਅਪਰੂਵ ਹੋਏ ਹਾਂ, ਔਰ ਇਹ ਜਿਹੜੀ ਸ਼ੁਰੂਆਤ ਹੈ ਬਹੁਤ ਵਧੀਆ, ਔਰ ਸਾਨੂੰ ਇਸ ਗੱਲ ਤੇ ਪੂਰਾ ਨਿਸ਼ਚਾ ਹੋਣਾ ਚਾਹੀਦਾ ਕਿ ਗੁਰੂ ਕਲਗੀਧਰ ਪਾਤਸ਼ਾਹ ਦੇ ਬੋਲ ਜਿਹੜੇ ਆ ਉਹ ਅਵਸ਼ ਪੂਰੇ ਹੋਣਗੇ ਔਰ ਸਾਨੂੰ ਆਪਣੇ ਕੌਮੀ ਘਰ ਦੀ ਪ੍ਰਾਪਤੀ ਹੋਏਗੀ। ਜੀ ਬਿਲਕੁਲ ਬਿਲਕੁਲ ਵੀਰ ਜੀ, ਵੀ ਅਗਰੀ ਵਿਦ ਯੂ ਕਿ ਇਹਨਾਂ 29 ਸਾਲਾਂ ਦੇ ਵਿੱਚ ਅਸੀਂ ਹੋਰ ਵੀ ਨਜ਼ਦੀਕ ਆ ਗਏ ਆਪਣੇ ਖਾਲਿਸਤਾਨ ਦੀ ਪ੍ਰਾਪਤੀ ਲਈ। ਇਹ ਤਾਂ ਸੀਗੇ ਪਾਜ਼ਿਟਿਵ ਫੈਕਟ, ਬਟ ਅਸੀਂ ਨੈਗੇਟਿਵ ਫੈਕਟ ਵੀ ਦੇਖਣਾ ਚਾਹਾਂਗੇ। ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਐਜ਼ ਅ ਮੀਡੀਆ ਪਰਸਨੈਲਿਟੀ ਕਿ ਤੁਸੀਂ ਇਹਨਾਂ 29 ਸਾਲਾਂ ਦੇ ਵਿੱਚ ਆਪਾਂ ਕਿਹੜੀ ਕਿਹੜੀਆਂ ਪ੍ਰੋਬਲਮ ਫੇਸ ਕੀਤੀਆਂ ਨੇ ਜਾਂ ਕਿਹੜੀ ਕਿਹੜੀ ਗਲਤੀਆਂ ਕੀਤੀਆਂ ਤਾਂ ਕਿ ਅਸੀਂ ਵਾਪਿਸ ਨਾ ਦੁਹਰਾਈਏ, ਤਾਂ ਕਿ ਸਾਨੂੰ ਹੋਰ 29 ਸਾਲ ਨਾ ਲੱਗਣ ਆਪਣੇ ਖਾਲਿਸਤਾਨ ਪ੍ਰਾਪਤ ਕਰਨ ਲਈ, ਸਾਨੂੰ ਥੋੜ੍ਹਾ ਟਾਈਮ ਲੱਗੇ ਉਸ ਦੇ ਵਿੱਚ ਹੀ ਅਸੀਂ ਆਪਣਾ ਆਜ਼ਾਦ ਦੇਸ਼ ਪ੍ਰਾਪਤ ਕਰ ਸਕੀਏ। ਡੂ ਯੂ ਨੋ ਐਨੀ ਪ੍ਰੋਬਲਮਸ ਔਰ ਐਨੀ ਗਲਤੀਆਂ ਅਸੀਂ ਫੇਸ ਪਹਿਲਾਂ ਕੀਤੀਆਂ ਹੋਣ ਜਿਹੜੀਆਂ ਅਸੀਂ ਹੁਣ ਜਿਹੜੀਆਂ ਫੇਸ ਨਾ ਕਰੀਏ ਵਾਪਿਸ? ਜੀ ਬਿਲਕੁਲ ਭੈਣ ਜੀ, ਇੱਥੇ ਇਹ ਗੱਲ ਦੇਖਣ ਵਾਲੀ ਬਣਦੀ ਹੈ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਦੁਸ਼ਮਣ ਦੇ ਖੇਮੇ ਵੱਲ ਨਾ ਜਾਈਏ, ਸਭ ਤੋਂ ਪਹਿਲਾਂ ਆਪਣੇ ਖੇਮੇ ਚ ਦੇਖੀਏ ਕਿ ਦੁਸ਼ਮਣ ਦਾ ਇਹਨਾਂ 29 ਸਾਲਾਂ ਦੇ ਵਿੱਚ ਜਿਹੜਾ ਪ੍ਰੋਪੋਗੰਡਾ ਸਾਡੀਆਂ ਧਿਰਾਂ ਦੇ ਖਿਲਾਫ਼ ਹੈ, ਹਾਂਜੀ, ਉਸ ਨੂੰ ਅਸੀਂ ਕਬੂਲ ਕਰਨ ਦੇ ਵਿੱਚ ਬਹੁਤ ਕਾਹਲ ਦਿਖਾਈ ਹੈ। ਅਸੀਂ ਮੈਂ ਗੱਲ ਕਰ ਰਿਹਾ ਪੂਰੀ ਸਿੱਖ ਕੌਮ ਦੀ ਜੀ, ਬਿਲਕੁਲ, ਥੋੜੇ ਬਹੁਤਿਆਂ ਨੂੰ ਛੱਡ ਕੇ, ਕਿਉਂਕਿ ਗੌਰਮੈਂਟ ਦਾ ਜਿਹੜਾ ਪ੍ਰੋਪੋਗੰਡਾ ਸਾਡੀਆਂ ਉਹਨਾਂ ਜੁਝਾਰੂ ਧਿਰਾਂ ਦੇ ਖਿਲਾਫ਼ ਔਰ ਸਾਡੀਆਂ ਜਿਹੜੀਆਂ ਪੋਲੀਟਿਕਸ ਦੇ ਰਾਹੀਂ ਧਿਰਾਂ ਜਿਹੜੀਆਂ ਵਚਨਬੱਧ ਨੇ ਔਰ ਖਾਲਿਸਤਾਨ ਦੇ ਏਜੰਡੇ ਦੇ ਤੁਰੀਆਂ ਹੋਈਆਂ ਨੇ, ਉਹਨਾਂ ਦੇ ਖਿਲਾਫ਼ ਜਿਹੜਾ ਸਰਕਾਰੀ ਪ੍ਰੋਪੋਗੰਡਾ ਹੈ ਉਹਨੂੰ ਅਸੀਂ ਜ਼ਿਆਦਾ ਮਹੱਤਤਾ ਦਿੱਤੀ ਹੈ। ਹਾਂਜੀ, ਕਿਉਂਕਿ ਮੈਂ ਪੰਜਾਬ ਦੇ ਹਵਾਲੇ ਦੇ ਨਾਲ ਜੇ ਗੱਲ ਕਰਾਂ, ਅਜੇ ਬਾਹਰ ਤਾਂ ਇੰਨਾ ਨਹੀਂ ਹੈ, ਫਿਰ ਵੀ ਜੇ ਪੰਜਾਬ ਦੇ ਹਵਾਲੇ ਨਾਲ ਗੱਲ ਕਰੀਏ ਤੇ ਲਗਾਤਾਰਤਾ ਦੇ ਨਾਲ ਜਿਹੜੀਆਂ ਸਾਡੇ ਹੱਕ ਵਿੱਚ ਖਲੋਣ ਵਾਲੀਆਂ ਤਾਕਤਾਂ ਨੇ ਉਹਨਾਂ ਦਾ ਜਿਹੜਾ ਰਸੂਖ ਹੈ ਉਹ ਘਟਿਆ, ਔਰ ਇਹ ਬਾਦਲ ਬ੍ਰਾਂਡ ਆ ਜਿਹੜਾ, ਜਾਂ ਬੀਜੇਪੀ ਹੋਵੇ ਜਾਂ ਫਿਰ ਜਿਹੜੀਆਂ ਵੀ ਜਿਹੜੀਆਂ ਸਿੱਖੀ ਦੀਆਂ ਦੁਖੀ ਸੰਸਥਾਵਾਂ ਜਾਂ ਦੁਖੀ ਧਿਰਾਂ ਨੇ ਉਹਨਾਂ ਦਾ ਜਿਹੜਾ ਬੋਲਬਾਲਾ ਉਹ ਵਧਿਆ, ਭਾਵੇਂ ਇਸਦਾ ਜਿਹੜਾ ਕ੍ਰੈਡਿਟ ਹੈ ਉਹ ਸਰਕਾਰ ਨੂੰ ਜਾਂਦਾ, ਸਰਕਾਰ ਦੀਆਂ ਏਜੰਸੀਆਂ ਨੂੰ ਜਾਂਦਾ, ਹਾਂਜੀ, ਪਰ ਅਸੀਂ ਬਰਾਬਰ ਦੇ ਜ਼ਿੰਮੇਵਾਰ ਆ, ਕਿਉਂਕਿ ਅਸੀਂ ਇਹਨਾਂ ਚੀਜ਼ਾਂ ਨੂੰ ਕਬੂਲ ਕੀਤਾ। ਅਸੀਂ ਆਪਣੇ ਜੁਝਾਰੂ ਜਿਹੜੇ ਸਿੰਘ ਨੇ ਜਾਂ ਜਥੇਬੰਦੀਆਂ ਨੇ ਉਹਨਾਂ ਦੀ ਕੁਰਬਾਨੀ ਸਾਨੂੰ ਨਜ਼ਰ ਨਹੀਂ ਆਉਂਦੀ, ਉਹਨਾਂ ਦੀ ਘਾਲੀ ਗਈ ਜਿਹੜੀ ਲਗਾਤਾਰ ਦੇ ਨਾਲ ਘਾਲਣਾ ਉਹ ਨਜ਼ਰ ਨਹੀਂ ਆਉਂਦੀ। ਤੇ ਜੇ ਸਰਕਾਰੀ ਤੌਰ ਤੇ ਸਾਨੂੰ ਕੋਈ ਥੋੜੀ ਜਿਹੀ ਅਫਵਾਹ ਹੋਵੇ ਤਾਂ ਅਸੀਂ ਇਲਜ਼ਾਮ ਲਾਉਣ ਲੱਗੇ ਇੱਕ ਮਿੰਟ ਨਹੀਂ ਸੋਚਦੇ ਜੀ। ਜੀ ਬਿਲਕੁਲ ਬਿਲਕੁਲ, ਇਹ ਬੜਾ ਵੱਡਾ ਨੈਗੇਟਿਵ ਪੱਖ ਹੈ। ਹਾਂਜੀ, ਔਰ ਹੁਣ ਅਸੀਂ ਆਪਣੀਆਂ ਧਿਰਾਂ ਦੇ ਹਵਾਲੇ ਦੇ ਨਾਲ ਗੱਲ ਕਰੀਏ ਜੀ, ਕਿ ਠੀਕ ਹੈ ਅਸੀਂ ਇੱਕ ਵਾਰ ਲੜ ਰਹੇ ਹਾਂ, ਵਾਰ ਦੇ ਵਿੱਚ ਬੈਟਲ ਫੀਲਡ ਹੁੰਦੀਆਂ ਨੇ ਅਲੱਗ ਅਲੱਗ, ਹਾਂਜੀ, ਔਰ ਅਸੀਂ ਪਤਾ ਨੀ ਸਾਡਾ ਨਿਸ਼ਚਾ ਕਮਜ਼ੋਰ ਹੈ ਜਾਂ ਫਿਰ ਕੀ, ਇਹ ਬਿਲਕੁਲ ਸਾਨੂੰ ਇਸ ਤੇ ਵਿਚਾਰ ਕਰਨਾ ਪਏਗਾ ਕਿ ਉਹ ਮਜਬੂਰੀਆਂ ਨੇ ਕਿ ਅਸੀਂ ਇੱਕ ਛੋਟੀ ਜਿਹੀ ਬੈਟਲ ਫੀਲਡ ਹਾਰਨ ਤੋਂ ਬਾਅਦ ਇੱਕ ਦੂਜੇ ਦੇ ਉੱਤੇ ਜਿਹੜੀ ਦੂਸ਼ਣਬਾਜ਼ੀ ਜਾਂ ਫਿਰ ਇਲਜ਼ਾਮਬਾਜ਼ੀ ਕਰਦੇ ਆ, ਇਸ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ, ਕਿਉਂਕਿ ਇਹ ਜਿਹੜੀ ਸਾਡੀ ਬਹੁਤ ਵੱਡੀ ਕਮਜ਼ੋਰੀ ਹੈ ਜੀ। ਜਿਹੜੇ ਚਾਰ ਬੰਦੇ ਸਾਡੇ ਨਾਲ ਜੁੜਦੇ ਨੇ ਉਹ ਵੀ ਟੁੱਟ ਜਾਂਦੇ ਨੇ ਕਈ ਵਾਰ, ਬਿਲਕੁਲ, ਕਿਉਂਕਿ ਜਿਹੜੇ ਤੁਹਾਡੇ ਨਾਲ ਜਿਹੜੇ ਤਾਂ ਉਦੋਂ ਤੇ ਲਗਾਤਾਰ ਤੁਰੇ ਹੋਏ ਨੇ, ਜਿਹਨਾਂ ਨੂੰ ਇਹ ਸਮਝ ਆਇਆ ਹੋਇਆ ਕਿ ਗੁਲਾਮੀ ਜਿਹੜੀ ਆ ਉਹ ਸਾਡੇ ਬੁਰੀ ਤਰ੍ਹਾਂ ਖੂਨ ਦੇ ਵਿੱਚ ਵੜ ਚੁੱਕੀ ਹੈ ਔਰ ਅਸੀਂ ਇਹਨੂੰ ਕੱਢਣਾ, ਉਹ ਤਾਂ ਠੀਕ ਹੈ, ਬਟ ਉਸ ਤੋਂ ਇਲਾਵਾ ਜਿਹੜਾ ਅਸੀਂ ਪ੍ਰਚਾਰ ਕਰਕੇ ਆਪਣੀ ਗੱਲ ਮੀਡੀਆ ਦੇ ਰਾਹੀਂ ਹੋਏ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਫਿਰ ਹੋਰ ਜਿਹੜੇ ਸਾਧਨ ਹੈ ਉਹਨਾਂ ਦੇ ਘਰ ਮੁਸ਼ਕਤ ਕਰਕੇ ਜਦੋਂ ਅਸੀਂ ਆਮ ਪਬਲਿਕ ਦੇ ਵਿੱਚ ਪਹੁੰਚਾਉਂਦੇ ਹਾਂ, ਔਰ ਸਾਡੀ ਜਿਹੜੀ ਇੱਕ ਗਲਤੀ ਹੈ ਇੱਕ ਦੂਜੇ ਦੇ ਖਿਲਾਫ਼ ਜਿਹੜਾ ਇਲਜ਼ਾਮ ਆ ਉਹ ਸਾਰੀ ਜਿਹੜੀ ਹੈ ਉਹ ਸਾਡੀ ਮਿਹਨਤ ਜਿਹੜੀ ਹੈ ਉਸਨੂੰ ਮਿੱਟੀ ਦੇ ਵਿੱਚ ਮਿਲਾ ਦਿੰਦੀ ਹੈ, ਸੋ ਸਾਨੂੰ ਇਸ ਗੱਲ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਜੀ। ਬਿਲਕੁਲ ਬਿਲਕੁਲ, ਤੇ ਵੀਰ ਜੀ ਸਾਡੇ ਕੋਲ ਇੱਕ ਡੇਢ ਮਿੰਟ ਰਹਿੰਦੇ, ਐਟ ਦੀ ਐਂਡ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਵੀ ਅਗਰੀ ਵਿਦ ਯੂ ਕਿ ਜਿਸ ਤਰ੍ਹਾਂ ਅਕਾਲੀ ਲੀਡਰਸ਼ਿਪ ਆ ਉਹ ਹਿੰਦੂ ਧਰਮ ਨੇ ਕਿੱਦਾਂ ਉਹਨੇ ਅੱਗੇ ਉਹਨਾਂ ਨੇ ਗੋਡ ਟੇਕੇ ਹੋਏ, ਜਿਹੜੀ ਪੰਥਕ ਧਿਰਾਂ ਨੇ ਸਾਡੀਆਂ ਆਪਣੇ ਪੰਥਕ ਜਥੇਬੰਦੀਆਂ ਨੂੰ ਕਿਸ ਤਰ੍ਹਾਂ ਇੱਕ ਦੂਜੇ ਦੇ ਨਾਲ ਲੜੀ ਜਾ ਰਹੀਆਂ ਨੇ, ਆਪਣੇ ਆਪਣੇ ਈਗੋ ਸਿਸਟਮ ਦੇ ਨਾਲ ਅੱਗੇ ਜਾ ਰਹੀਆਂ ਨੇ, ਇੱਕ ਦੂਜੇ ਨੂੰ ਨਾਲ ਲੈ ਕੇ ਨਹੀਂ ਚੱਲ ਰਹੀਆਂ, ਇਸ ਦਾ ਫਾਇਦਾ ਆਫਕੋਰਸ ਹੋਰ ਸਿਆਸੀ ਪਾਰਟੀ ਜਿੱਦਾਂ ਹੁਣ ਬੀਜੇਪੀ ਆਈ ਜਾਂ ਆਮ ਆਦਮੀ ਪਾਰਟੀ ਲੈ ਰਹੀਆਂ ਨੇ, ਕਿਸ ਤਰ੍ਹਾਂ ਸਾਡੇ ਸਿੱਖ ਸਕਾਲਰਸ ਉਹਨਾਂ ਵੱਲ ਜ਼ਿਆਦਾ ਅਟਰੈਕਟ ਹੋ ਰਹੇ ਨੇ, ਬਿਕੋਜ਼ ਕੋਈ ਖਾਲਿਸਤਾਨ ਦੇ ਸੰਬੰਧੀ ਗੱਲਬਾਤ ਨਹੀਂ ਕਰ ਰਿਹਾ, ਕਿਉਂਕਿ ਆਪਸ ਵਿੱਚ ਹੀ ਇੰਨਾ ਲੜੀ ਜਾ ਰਹੇ ਨੇ। ਸੋ ਵੀਰ ਜੀ ਇਸ ਸਥਿਤੀ ਦੇ ਵਿੱਚ ਵਿਦ ਇਨ ਵਨ ਮਿੰਟ ਤੁਸੀਂ ਅਸੀਂ ਸਾਨੂੰ ਕੀ ਕਰਨ ਦੀ ਲੋੜ ਹੈ, ਅਸੀਂ ਬਾਹਰ ਬੈਠ ਕੇ ਕੀ ਕਰ ਸਕਦੇ ਹਾਂ ਤਾਂ ਕਿ ਇਹਨਾਂ ਨੂੰ ਅਸੀਂ ਇੱਕ ਪਲੇਟਫਾਰਮ ਤੇ ਲੈ ਕੇ ਆ ਸਕੀਏ, ਇੱਕ ਜਗ੍ਹਾ ਤੇ ਲੈ ਕੇ ਆ ਸਕੀਏ?
ਦੇਖੋ ਇਹ ਤਾਂ ਜਿਹੜੀ ਗੱਲ ਹੈ ਉਪਰਾਲੇ ਜਿਹੜੇ ਨੇ ਹਰੇਕ ਪਾਸਿਓਂ ਹੋਣੇ ਚਾਹੀਦੇ ਨੇ, ਬਾਹਰੋਂ ਵੀ ਹੋਣੇ ਚਾਹੀਦੇ ਨੇ, ਪੰਜਾਬ ਤੋਂ ਹੋਣੇ ਚਾਹੀਦੇ ਨੇ। ਜੇਕਰ ਸਾਨੂੰ ਪਤਾ ਕਿ ਇੱਥੇ ਜਿਹੜੀਆਂ ਜਿਹੜੇ ਅਸੀਂ ਨੌਰਥ ਅਮਰੀਕਾ ਦੇ ਵਿੱਚ, ਯੂਰੋਪ ਜਾਂ ਆਸਟ੍ਰੇਲੀਆ ਜਾਂ ਦੁਨੀਆਂ ਭਰ ਦੇ ਵਿੱਚ ਕਿਤੇ ਵੀ ਵਸਦੇ ਸਿੱਖ ਨੇ, ਉਹ ਹਮੇਸ਼ਾ ਤਤਪਰ ਰਹਿੰਦੇ ਨੇ ਕਿ ਕਿਸੇ ਤਰ੍ਹਾਂ ਜਿਹੜੀਆਂ ਕੌਮੀ ਧਿਰਾਂ ਨੇ ਇਹਨਾਂ ਨੂੰ ਇੱਕ ਪਲੇਟਫਾਰਮ ਤੇ ਕੀਤਾ ਜਾਏ। ਬਿਲਕੁਲ। ਬਟ ਅਲਟੀਮੇਟਲੀ ਇਹ ਜਿਹੜਾ ਕੰਮ ਹੈ ਇਹ ਪੰਜਾਬ ਤੋਂ ਹੋਣਾ ਜੀ, ਕਿਉਂਕਿ ਇੱਥੇ ਜੇ ਅਸੀਂ ਦੇਖੀਏ ਫੇਰ ਵੀ ਅਸੀਂ ਇੱਕ ਦੂਜੇ ਦੇ ਨਾਲ ਸਟੇਜ ਸਾਂਝੀ ਕਰਦੇ ਹਾਂ, ਵਿਚਾਰ ਸਾਂਝੇ ਕਰਦੇ ਹਾਂ, ਹਰੇਕ ਪ੍ਰੋਗਰਾਮ ਦੇ ਉੱਤੇ ਸਾਂਝੀ ਸਟੇਜ ਤੋਂ ਬੋਲਦੇ ਹਾਂ, ਔਰ ਸਾਨੂੰ ਬਿਲਕੁਲ ਆਪਣੀਆਂ ਧਿਰਾਂ ਨੂੰ ਵੀ ਇਹ ਏਜੰਡਾ ਜ਼ਰੂਰ ਦੇਣਾ ਚਾਹੀਦਾ ਕਿ ਦੇਖੋ ਭਾਈ ਜੇ ਇਕੱਠੇ ਤੁਸੀਂ ਨਾ ਹੋਏ ਤਾਂ ਫਿਰ ਇਹ ਜਿਹੜੇ 30 ਸਾਲ 29 ਸਾਲ ਅਸੀਂ ਨਿਗਾ ਦਿੱਤੇ ਨੇ ਤੇ ਇਹ ਸਾਡਾ ਸੰਘਰਸ਼ ਆ ਜਿਹੜਾ ਇਹ ਲੰਬਾ ਹੁੰਦਾ ਜਾਏਗਾ। ਬਿਲਕੁਲ। ਇਸ ਦੇ ਉੱਤੇ ਵਿਚਾਰਨ ਦੀ ਲੋੜ ਆ। ਔਰ ਉਸ ਤੋਂ ਇਲਾਵਾ ਮੈਂ ਜਿਹੜੀ ਪੰਜਾਬ ਦੀ ਜਨਤਾ ਖਾਸ ਕਰਕੇ ਨੌਨ ਸਿੱਖ ਜਿਹੜੀਆਂ ਕਮਿਊਨਿਟੀਜ਼ ਨੇ ਮੈਂ ਉਹਨਾਂ ਨੂੰ ਜ਼ਰੂਰ ਇਹ ਸਵਾਲ ਪਾਉਣਾ ਚਾਹੁੰਦਾ ਕਿਉਂਕਿ ਵੱਡੀ ਪੱਧਰ ਦੇ ਉੱਤੇ ਸਾਡਾ ਜਿਹੜਾ TV84 ਹੈ ਉਹ ਯੂਟਿਊਬ ਔਰ ਫੇਸਬੁੱਕ ਤੇ ਜਦੋਂ ਇਹ ਪੋਸਟ ਹੁੰਦੀਆਂ ਨੇ ਆਪਣੀਆਂ ਗੱਲਬਾਤ ਉਹ ਬਿਲਕੁਲ ਵੱਡੀ ਪੱਧਰ ਦੇ ਉੱਤੇ ਦੇਖਦੇ ਨੇ ਔਰ ਪਾਰਟਿਸਿਪੇਟ ਕਰਦੇ ਨੇ। ਮੈਂ ਉਹਨਾਂ ਨੂੰ ਇੱਕ ਸਵਾਲ ਅੱਜ ਦੇ ਦਿਨ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਉਸ ਸਰਕਾਰ ਦੇ ਅੰਡਰ ਰਹਿਣਾ ਮਨਜ਼ੂਰ ਕਰਦੇ ਹੋ ਜਿਸ ਸਰਕਾਰ ਦੇ ਜਿਸ ਵਿਧਾਨ ਦੇ ਥੱਲੇ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ ਜਾਂ ਕਸਬਿਆਂ ਦੇ ਵਿੱਚ ਰੇਪਸ ਹੁੰਦੇ ਨੇ, ਐਕਸਟੋਰਸ਼ਨ ਹੁੰਦੇ ਨੇ, ਡਕੈਤੀਆਂ ਹੁੰਦੀਆਂ, ਔਰ ਤੁਸੀਂ ਇੱਕ ਜੇ ਥਾਣੇ ਜਾਣਾ, ਚਪੜਾਸੀ ਕੋਲ ਜਾਣਾ ਜਾਂ DC ਕੋਲ ਜਾਣਾ ਬਿਨਾਂ ਪੈਸੇ ਤੋਂ ਤੁਹਾਡੀ ਬਾਤ ਨੀ ਪੁੱਛਦਾ। ਹਾਂਜੀ। ਜੇ ਤੁਸੀਂ ਉਹਨਾਂ ਨਾਲ ਰਹਿਣਾ ਚਾਹੁੰਦੇ ਹੋ ਜਾਂ ਫਿਰ ਉਸ ਸਰਕਾਰੇ ਖਾਲਸਾ ਦੇ ਵਾਰਸਾਂ ਦੇ ਨਾਲ ਰਹਿਣਾ ਚਾਹੁੰਦੇ ਹੋ ਜਿਹੜੇ ਗਜਨੀ ਦੇ ਬਾਜ਼ਾਰਾਂ ਵਿੱਚੋਂ ਹਿੰਦੁਸਤਾਨ ਦੀ ਇੱਜ਼ਤ ਨੂੰ ਨਿਲਾਮ ਹੁਣੋਂ ਬਚਾ ਕੇ ਲਿਆਉਂਦੇ ਰਹੇ ਨੇ ਔਰ ਮਹਾਰਾਸ਼ਟਰ ਤੱਕ ਉਹਨਾਂ ਦੇ ਘਰਾਂ ਤੱਕ ਪਹੁੰਚਾਉਂਦੇ ਰਹੇ ਨੇ। ਬਿਲਕੁਲ। ਔਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿਹੜੇ ਕੁੜੀਆਂ ਨੂੰ ਉਹਨਾਂ ਦੇ ਘਰਾਂ ਤੱਕ ਘਰਾਂ ਵਿੱਚ ਵਸਾਉਂਦੇ ਰਹੇ ਨੇ, ਉਹ ਕਦੀ ਉਹਨਾਂ ਨੇ ਇਹ ਨੀ ਦੇਖਿਆ ਕਿ ਇਹ ਹਿੰਦੂ ਦੀ ਧੀ ਹੈ ਜਾਂ ਮੁਸਲਮਾਨ ਦੀ। ਉਹਨਾਂ ਨੇ ਹਮੇਸ਼ਾ ਆਪਣੀ ਧੀ ਨੂੰ ਜੇ ਕਿਸੇ ਧੀ ਨੂੰ ਪ੍ਰੋਬਲਮ ਆਈ ਹੈ ਤਾਂ ਆਪਣੀ ਧੀ ਸਮਝ ਕੇ ਉਸਦੇ ਨਾਲ ਜਿਹੜਾ ਆ ਉਹ ਉਹੀ ਸਲੂਕ ਕੀਤਾ ਔਰ ਉਸਨੂੰ ਆਪਣੇ ਘਰ ਦੇ ਵਿੱਚ ਵਸਾਇਆ। ਔਰ ਇਹ ਜ਼ਰੂਰ ਇਹ ਬਿਲਕੁਲ ਜਨਤਾ ਦਾ ਸੋਚਣਾ ਬਣਦਾ ਜੀ ਕਿ ਕਿਹੜੀ ਸਰਕਾਰ ਦੇ ਨਾਲ ਉਹ ਰਹਿਣਾ ਚਾਹੁੰਦੇ ਨੇ। ਇੱਕ ਉਹਨਾਂ ਦੇ ਐਗਜ਼ਾਮਪਲ ਆ, ਦੋਨੇ ਉਹਨਾਂ ਦੇ ਸਾਹਮਣੇ ਨੇ, ਪਰ ਪਤਾ ਨੀ ਕਿਉਂ ਖਾਲਿਸਤਾਨ ਦਾ ਨਾਂ ਜਿਹੜਾ ਉਹ ਹਊਆ ਲੱਗਦਾ ਮੇਰੇ ਫਿਰ ਉਹ ਐਸਾ ਨਹੀਂ ਹੈ। ਤੁਸੀਂ ਥੋੜੀ ਜਿਹੀ ਇਹ ਸੁਹਿਰਤਾ ਦੇ ਨਾਲ ਯੂਟਿਊਬ ਤੇ ਸਰਚ ਕਰੋ, ਸਾਡੇ ਕੋਲ ਹੁਣ ਸੋਸ਼ਲ ਮੀਡੀਆ ਔਰ ਹੁਣ ਤਾਂ ਕੋਈ ਗੱਲ ਲੁਕੀ ਛੁਪੀ ਨਹੀਂ ਰਹੀ, ਤੋ ਅਸੀਂ ਜ਼ਰੂਰ ਥੋੜੀ ਜਿਹੀ ਮਿਹਨਤ ਕਰੀਏ ਜੇ ਅਸੀਂ ਪੰਜਾਬ ਦੇ ਪ੍ਰਤੀ ਸੁਹਿਰਦ ਆ, ਕਿਉਂਕਿ ਕੈਂਸਰ ਜੇ ਪੰਜਾਬ ਦੇ ਵਿੱਚ ਹੈ ਉਹ ਕੱਲੇ ਸਿੱਖਾਂ ਲਈ ਨਹੀਂ ਹੈ। ਜੇ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ ਉਹ ਕੱਲੇ ਸਿੱਖਾਂ ਦਾ ਨੀ ਲੁੱਟਿਆ ਜਾ ਰਿਹਾ। ਬਿਲਕੁਲ। ਜੇ ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਕਰਨ ਤੇ ਮਜਬੂਰ ਹੈ ਤੇ ਆੜਤੀ ਵੀ ਰੋਟੀ ਕਿੱਥੋਂ ਖਾਣਗੇ ਜੇ ਕਿਸਾਨ ਦੇ ਪੱਲੇ ਕੁਛ ਨੀ ਆਊਗਾ। ਹਾਂਜੀ। ਔਰ ਨਸ਼ੇਬਾਜ਼ੀ ਦੇ ਵਿੱਚ ਕੱਲੇ ਸਿੱਖਾਂ ਦੇ ਮੁੰਡੇ ਨਹੀਂ ਗਰਕ ਹੋਏ, ਉਹ ਸਾਰੇ ਪੰਜਾਬ ਨੂੰ ਬਿਮਾਰੀ ਲੱਗੀ ਹੈ। ਸੋ ਸਾਨੂੰ ਰਲ ਮਿਲ ਕੇ ਸਮੱਸਿਆ ਦਾ ਜਿਹੜਾ ਹੱਲ ਹੈ ਉਹ ਲੱਭਣਾ ਚਾਹੀਦਾ ਔਰ ਆਪਣੇ ਵੱਖਰੇ ਮੁਲਕ ਤੋਂ ਬਿਨਾਂ ਇਸ ਸਮੱਸਿਆ ਦਾ ਵੀ ਹੱਲ ਹਿੰਦੁਸਤਾਨ ਦੀ ਸਰਕਾਰ ਦੇ ਥੱਲੇ ਸੰਭਵ ਨਹੀਂ ਹੈ ਜੀ। ਜੀ ਬਿਲਕੁਲ ਬਿਲਕੁਲ। ਥੈਂਕ ਯੂ ਸੋ ਮਚ ਫੋਰ ਟਾਈਮ ਵੀਰ ਜੀ, ਐਂਡ ਤੁਹਾਡੇ ਆਪਣੇ ਵਿਚਾਰ ਸਾਂਝੇ ਕਰਨ ਲਈ ਸਾਡੇ ਦਰਸ਼ਕਾਂ ਦੇ ਨਾਲ। ਸਾਡਾ ਵਕਤ ਹੁਣ ਇਜਾਤ ਵੱਲ ਜਾ ਰਿਹਾ, ਅਸੀਂ ਸਮਾਪਤੀ ਵੱਲ ਜਾ ਰਹੇ, ਤੁਹਾਡੇ ਕੋਲ ਇਜਾਤ ਲੈਣੇ ਆ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਤ ਲੈਣੇ ਆ, ਮੰਡੇ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।